ਸੱਤ ਪਾਣੀਆਂ ਨੂੰ ਕਿਹੜਾ ਸੁਖੀ ਸਾਂਦੀ ਲੰਘਦਾ, ਭੈਣ ਦਾ ਵਿਆਹ ਸੀ ਪੂਰੇ 12 ਲੱਖ ਮੰਗਦਾ। ਕੱਚਿਆਂ ਦੇ ਦੁੱਖ ਸੱਚਾ ਰੱਬ ਜਾਣ ਦਈ, ਕੱਚਿਆਂ ਦੇ ਦੁੱਖ ਸੱਚਾ ਰੱਬ ਜਾਣ ਦਈ। ਝੂਠਾ ਜੰਟ ਵੀ ਜੜਾਂ ਵਿੱਚ ਬਹਿ ਗਿਆ, ਲੋਕਾਂ ਪਾਣੇ ਉੱਡਦਾ ਜਹਾਜ਼ ਅਸਮਾਨਾਂ ਵਿੱਚ। ਉਹ ਪੁੱਛੀ ਮਾਵਾਂ ਨੂੰ ਜਨਾਹ ਦੇ ਪੁੱਤ ਲੈ ਗਿਆ। ਬਚਪਨ ਤੋਂ ਹੀ ਪਹਿਲਾਂ ਗਾਣੇ ਗਾਉਂਦੇ ਹੁੰਦੇ ਸੀ ਤੇ ਕੋਈ ਜਿਵੇਂ ਕਿਸੇ ਨੇ ਐਪਰੀਸ਼ੀਏਟ ਕੀਤਾ ਤੇ ਉਦੋਂ ਤੋਂ ਹੀ ਗਾਉਣਾ ਸ਼ੁਰੂ ਕੀਤਾ। ਜੇ ਮੰਨ ਲਓ ਵੀਡੀਓ ਬੈਕ ਟੂ ਬੈਕ ਜਾਂਦੀਆਂ ਰਹਿਣ ਫਿਰ ਹੀ ਬੰਦਾ ਮਸ਼ਹੂਰ ਹੁੰਦਾ, ਜਿਵੇਂ ਬਣਦੀਆਂ ਰਹਿਣ ਹਿੱਟ ਹੁੰਦੀਆਂ ਰਹਿਣ। ਚਲੋ ਹਰ ਕੋਈ ਹਿੱਟ ਵੀ ਨਹੀਂ ਹੁੰਦੀ ਤੇ ਹਰ ਕੋਈ ਫਲੋਪ ਵੀ ਨਹੀਂ ਹੁੰਦੀ, ਪਰ ਬਣਦੀਆਂ ਰਹਿਣ ਤੇ ਫਿਰ ਹੀ ਆਣਾ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਸਾਰਿਆਂ ਦਾ। ਮੈਂ ਗੁਰਚੇਤ ਸਿੰਘ ਔਲਖ ਅਤੇ ਅੱਜ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਇੱਕ ਛੋਟੇ ਜਿਹੇ ਬੱਚੇ ਦੇ ਨਾਲ। ਬਾਹਲਾ ਵੀ ਛੋਟਾ ਨਹੀਂ ਹੈ, ਜਿੰਨੇ ਅੱਜ ਕੱਲ੍ਹ ਦੇ ਛੋਟੇ ਜਵਾਕ ਨੇ ਉਨੇ ਹੀ ਤਿੱਖੇ ਨੇ। ਅਤੇ ਨਾਂ ਹੈ ਮੁੰਡੇ ਦਾ ਸੁਖਮਨ ਅਤੇ ਆਵਾਜ਼ ਬਾਕਮਾਲ ਆ। ਮੈਂ ਕਹਿੰਦਾ ਵੀ ਵੱਡੇ ਵੱਡੇ ਸਿੰਗਰਾਂ ਨੂੰ ਵੀ ਉਹਦੀ ਆਵਾਜ਼ ਜਿਹੜੀ ਮਾਤ ਪਾਉਂਦੀ ਗਈ, ਪਰ ਉਹਦੇ ਘਰ ਦੇ ਹਾਲਾਤ ਇੱਦਾਂ ਦੇ ਰਹਿ ਗਏ, ਕੁਝ ਪਿੱਛੋਂ ਸਪੋਰਟ ਨਹੀਂ ਮਿਲੀ ਜਿਹਦੇ ਕਰਕੇ ਉਹ ਆਪਣੇ ਪਿੰਡ ਤੱਕ ਹੀ ਸੀਮਿਤ ਰਹਿ ਗਿਆ। ਅਤੇ ਉਹਦੀ ਪਿੱਛੇ ਜੇ ਕਾਫੀ ਜਿਹੜੀ ਵੀਡੀਓ ਸੀ ਉਹ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਇਆ ਸੀ। ਅਤੇ ਇਹ ਨੌਜਵਾਨ ਹੁਣ ਮੈਂ ਕੀ ਕਹਾਂ ਕਿ ਮੇਰੇ ਨਾਨਕੇ ਪਿੰਡ ਦਾ ਹੀ ਆ, ਅਤੇ ਅੱਜ ਮੈਂ ਆਪਦੇ ਨਾਨਕੇ ਪਿੰਡ ਆਇਆ ਅਤੇ ਮੁਲਾਕਾਤ ਕਰਵਾਵਾਂਗੇ। ਪਹਿਲਾਂ ਤਾਂ ਮੈਂ ਥੋੜ੍ਹਾ ਜਿਹਾ ਕੈਮਰਾ ਇੱਧਰ ਨੂੰ ਕਹੂੰਗਾ, ਇਹ ਸਾਡੇ ਮਾਮਾ ਜੀ ਨੇ। ਮਾਮਾ ਜੀ ਕੀ ਹਾਲ ਨੇ? ਵਧੀਆ ਠੀਕ ਠਾਕ ਜੀ। ਠੰਡ ਠੁੰਡ ਤੋਂ ਬਚੇ ਹੋ? ਬੜੀ ਕਿਰਪਾ ਮਾਲਕ ਦੀ। ਮਾਮਾ ਪਹਿਲਾਂ ਪਰਨਾ ਕਿੱਥੋਂ ਲੈ ਕੇ ਆਇਆ ਯਾਰ ਇੰਨਾ ਵਧੀਆ? ਪਰਨਾ ਬਹੁਤ ਪੁਰਾਣਾ ਆਪਣਾ। ਕਿੱਥੋਂ ਲੈ ਆਇਆ ਫਿਰ ਵੀ? ਪਰਨਾ ਆਪਣਾ ਦੁਬਈ ਤੋਂ ਆਇਆ। ਵਾਹ, ਕਿੰਨਾ ਚਿਰ ਪੁਰਾਣਾ ਹੋ ਗਿਆ ਇਹ? 37-38 ਸਾਲ ਹੋ ਗਏ ਆਪਣੇ ਚਾਚਾ ਜੀ ਲੈ ਕੇ ਆਏ। ਅੱਛਾ, ਆਪਣੇ ਫਾਦਰ ਸਾਹਿਬ ਦਾ ਰੰਗ ਮਾਮਾ ਉਦੋਂ ਦਾ ਇਦਾਂ ਦਾ, ਮੈਂ ਨਿਕਾ ਜਾ ਹੁਣ ਉਦੋਂ ਦਾ ਵੇਹਣਾ ਤੁਰਿਆ ਆਉਣਾ। ਬਸ ਇਹ ਪਹਿਲਾਂ ਆਪਣੇ ਫਾਦਰ ਸਾਹਿਬ ਨੇ ਬੰਨਿਆ, ਮੁੜ ਕੇ ਆਪਾਂ ਬੰਨਿਆ। ਯਾਰ ਮੈਂ ਨਾ ਹੁਣ ਕੱਪੜਾ ਯਾਦ ਆ ਤੇਰੇ ਨਾਲ ਤੇ ਹੁਣ ਕੱਪੜਾ ਲੈ ਆ ਨਾ ਤਾਂ ਮੈਂ ਨਾ ਵੀ 6 ਮਹੀਨੇ ਨਹੀਂ ਕੱਢਦਾ ਤੇ ਰੰਗ ਐ ਚਿੱਟਾ ਹੋ ਜਾਂਦਾ ਕਾਲੇ ਤੋਂ। ਇਹਦਾ ਰੰਗ ਇਦਾਂ ਦਾ ਇਦਾਂ ਰਿਹਾ? ਇਦਾਂ ਦਾ ਇਦਾਂ ਜੀ, ਤੁਹਾਨੂੰ ਪਤਾ ਦੁਬਈ ਦੀ ਚੀਜ਼। ਮੈਂ ਨਾ ਮਿਲਦੇ ਨੀ ਅੱਜ ਕੱਲ੍ਹ ਪੰਜਾਬ ਚ ਤਾਂ ਨੀ ਮਿਲਦੇ ਹਨਾ? ਕਿੱਥੇ ਨੀ ਮਿਲੂਗੀ ਚੀਜ਼, ਮਿਲਣੀ ਨੀ ਇਹਦਾ। ਨਾ ਮੈਂ ਇੰਟਰਵਿਊ ਮਾਮਾ ਦੇ ਨੀ ਕਰਨਾ, ਉਹ ਮੁੰਡਾ ਇੱਧਰ ਆ, ਇਹ ਮੁੰਡਾ ਵੀ ਦਿਖਾ ਦਾਂ। ਇਹਨੂੰ ਸੁੱਖ ਵੀ ਕਹਿੰਦੇ ਨੇ, ਮੁੰਡਾ ਮੇਰੇ ਨਾਨਕਿਆਂ ਦੀ, ਇਹਦੀ ਆਵਾਜ਼ ਬਾਕਮਾਲ। ਅੱਜ ਇੰਟਰਵਿਊ ਇਹਦੀ ਆ ਮਾਮਾ ਜੀ ਨੇ, ਮੈਂ ਤਾਂ ਕਰਾਂ ਇੰਟਰੋਡਕਸ਼ਨ ਕਿਉਂਕਿ ਇਹ ਮੇਰੇ ਨਾਨਕਿਆਂ ਦਾ ਪਿੰਡ ਅਤੇ ਨਾਨਕੇ ਪਿੰਡ ਆ ਕੇ ਨਾਨਕਿਆਂ ਨੂੰ ਨਾ ਮਿਲ ਗਏ ਅਤੇ ਔਖਾ ਹੁੰਦਾ, ਮੁੜ ਕੇ ਲਾਮਾ ਦੇਣਗੇ ਵੀ ਮੁੰਡਾ ਆਇਆ ਅਤੇ ਭਣੇਵਾ ਮਿਲ ਕੇ ਗਿਆ ਨਾ ਮੈਮ। ਚਲੋ ਜੀ ਆਪਾਂ ਇੰਟਰਵਿਊ ਕਰਦੇ ਹਾਂ। ਹੋਰ ਸੋ ਕਿਵੇਂ ਆ? ਵਧੀਆ ਜੀ, ਤੁਸੀਂ ਸੁਣਾਓ? ਕਿਹੜੀ ਕਲਾਸ 'ਚ ਪੜ੍ਹਦੇ ਹੋ? +1। ਅੱਛਾ, ਪਹਿਲਾਂ ਆਪਾਂ ਸਟਾਰਟਿੰਗ ਤੋਂ ਇੱਕ ਗਾਣਾ ਸੋਲੀ ਹੈ ਨਾ, ਵੀ ਲੋਕਾਂ ਨੂੰ ਪਤਾ ਲੱਗੇ ਵੀ ਮੁੰਡੇ 'ਚ ਆਵਾਜ਼ ਹੈਗੀ ਕਿ ਨਹੀਂ ਹੈਗੀ। ਚਲੋ ਵੀ ਗਾਣਾ ਹੋਵੇ, ਵੈਸੇ ਸੁਣਦੇ ਕਿਹਨੂੰ ਸਭ ਤੋਂ ਵੱਧ? ਹਾਂਜੀ, ਨਿਰਵੈਰ ਪੰਨੂ। ਵਾਹ ਜੀ ਵਾਹ, ਕਿਆ ਬਾਤ ਹੈ, ਫਿਰ ਗਾਣਾ ਹੋ ਜਾਏ ਉਸੇ ਦਾ ਹੀ ਆ? ਨਹੀਂ ਨਹੀਂ, ਲਵਲੀ ਨੂਰ ਦਾ। ਅੱਛਾ ਠੀਕ ਆ, ਮੈਂ ਸ਼ਾਇਦ ਨਿਰਵੈਰ ਪੰਨੂ ਦੇ। ਉਹ ਸੱਤ ਪਾਣੀਆਂ ਨੂੰ ਕਿਹੜਾ ਸੁਖੀ ਸਾਂਦੀ ਲੰਘਦਾ, ਭੈਣ ਦਾ ਵਿਆਹ ਸੀ ਪੂਰੇ 12 ਲੱਖ ਮੰਗਦਾ। ਕੱਚਿਆਂ ਦੇ ਦੁੱਖ ਸੱਚਾ ਰੱਬ ਜਾਣ ਦਈ, ਕੱਚਿਆਂ ਦੇ ਦੁੱਖ ਸੱਚਾ ਰੱਬ ਜਾਣ ਦਈ। ਝੂਠਾ ਜੰਟ ਵੀ ਜੜਾਂ ਵਿੱਚ ਬਹਿ ਗਿਆ, ਲੋਕਾਂ ਪਾਣੇ ਉੱਡਦਾ ਜਹਾਜ਼ ਅਸਮਾਨਾਂ ਵਿੱਚ। ਉਹ ਪੁੱਛੀ ਮਾਵਾਂ ਨੂੰ ਜਨਾਹ ਦੇ ਪੁੱਤ ਲੈ ਗਿਆ, ਲੋਕਾਂ ਪਾਣੇ ਉੱਡਦਾ ਜਹਾਜ਼ ਅਸਮਾਨਾਂ ਵਿੱਚ। ਉਹ ਪੁੱਛੀ ਮਾਵਾਂ ਨੂੰ ਜਨਾਹ ਦੇ ਪੁੱਤ ਲੈ ਗਿਆ, ਕਦੇ ਕਦੇ ਏਅਰਪੋਰਟ ਹੀ ਉੱਤੋਂ ਜਾ ਕੇ ਪੁੱਛੇ, ਕਦੇ ਸੁਣਦੀ ਆ ਟੀਵੀ ਉੱਤੇ ਖਬਰਾਂ। ਮੁੜਿਆ ਨੀ ਜਾਂਦਾ ਬੇਬੇ ਤੇਰੇ ਲਾਡੀ ਪੁੱਤ ਤੋਂ, ਦੇਸ਼ ਬਾਹਰਲੇ ਨਾ ਬਣ ਜਾਣ ਕਬਰਾਂ। ਲਵਲੀ ਸ਼ਦਾਈਆ ਹੁਣ ਰਹਿ ਨੀ ਉਹ ਹੁੰਦਾ, ਲਵਲੀ ਸ਼ਦਾਈਆ ਹੁਣ ਰਹਿ ਨੀ ਉਹ ਹੁੰਦਾ, ਜਿੰਨਾ ਰਹਿ ਸਕਦਾ ਸੀ ਰਹਿ ਲਿਆ, ਲੋਕਾਂ ਪਾਣੇ ਉੱਡਦਾ ਜਹਾਜ਼ ਅਸਮਾਨਾਂ ਵਿੱਚ। ਉਹ ਪੁੱਛੀ ਮਾਵਾਂ ਨੂੰ ਜਨਾਹ ਦੇ ਪੁੱਤ ਲੈ ਗਿਆ, ਲੋਕਾਂ ਪਾਣੇ ਉੱਡਦਾ ਜਹਾਜ਼ ਅਸਮਾਨਾਂ ਵਿੱਚ। ਉਹ ਪੁੱਛੀ ਮਾਵਾਂ ਨੂੰ ਜਨਾਹ ਦੇ ਪੁੱਤ ਲੈ ਗਿਆ। ਮਾਮਾ ਗਾਣਾ ਉੱਧਰ ਚੱਲਦਾ ਸੀ ਤੇ ਤੂੰ ਕਿੱਥੇ ਖੋਜ ਗਿਆ, ਕਿੱਥੇ ਗਵਾਚ ਗਿਆ? ਮੈਂ ਆਪਣੇ ਪੁੱਤਰ ਦਾ ਗਾਣਾ ਸੁਣ ਰਿਹਾ। ਮੈਂ ਚਲੋ ਨਹੀਂ, ਵੈਸੇ ਮੈਂ ਨਾ ਵੀ ਕਿਤੇ ਨਾ ਕਿਤੇ ਤਾਰਾ ਮਾਮੇ ਆ, ਤੇਰੇ ਵੀ ਇਸ ਗਾਣੇ ਨਾਲ ਜੁੜਦੀਆਂ ਨਾ। ਹਾਂਜੀ ਹਾਂਜੀ, ਤੈਨੂੰ ਪਤਾ ਪ੍ਰਦੇਸ਼ ਰਹਿਣਾ ਬੜਾ ਔਖਾ। ਵਾਕਿਆ ਮਾਮਾ, ਹੁਣ ਬੰਦਾ ਜਿਹੜਾ ਵੀ ਇੱਥੋਂ ਆਉਣਾ ਮਿਹਨਤ ਕਰਕੇ ਕਹਿੰਦਾ ਵੀ ਨਹੀਂ ਬਾਹਰ ਜਾਣਾ ਬਾਹਰ ਜਾਣਾ, ਪਰ ਬਾਹਰ ਜਾ ਕੇ ਜਦੋਂ ਇੱਦਾਂ ਦੇ ਗਾਣੇ ਸੁਣਦਾ ਫਿਰ ਹੁੰਦਾ ਨਹੀਂ ਯਾਰ, ਘਰੋਂ ਦੂਰ ਰਹਿਣਾ। ਘਰੋਂ ਦੂਰ ਰਹਿਣਾ ਬੜਾ ਪੁੱਤ ਬੜਾ ਔਖਾ। ਪਿੰਡ ਦੀ ਜਾ ਤਾਂ ਸਤਾਉਂਦੀ ਹੋ ਗਈ, ਬਾਹਰ ਜਾ ਕੇ ਜਿੱਦਾਂ ਮਰਜ਼ੀ ਮੈਂ ਕਹਿੰਦਾ ਕੈਨੇਡਾ ਅਮਰੀਕਾ 'ਚ ਬੰਦਾ ਚਲ ਜਾਏ। ਨਹੀਂ, ਪਿੰਡ ਫਿਰ ਪਿੰਡ ਹੀ ਆ, ਤੁਹਾਨੂੰ ਪਤਾ।
चलो पर पिंड की याद वाकई जिहड़े परदेसी वीर ने जिहड़े घरां तों बाहर रहिंदे ने उन्हां नूं पता कि यार वाकई मां दा दुख घर दा दुख की हुंदा है। ਤੇ ਆਪਾਂ ਗੱਲ ਕਰਦੇ ਸੁੱਖ ਦੇ ਨਾਲ ਤੇ ਸੁੱਖ ਫਿਰ ਸਟੱਡੀ ਤੁਸੀਂ ਪਲੱਸ 1 ਦੇ ਵਿੱਚ ਪਲੱਸ 2 ਚ ਹਾਂਜੀ ਪਲੱਸ 1 ਤੇ ਘਰ ਦੇ ਵਿੱਚ ਕੌਣ ਕੌਣ ਨੇ ਮੰਮਾ ਨੇ ਤੇ ਦੀਦੀ ਬਾਹਰ ਗਏ ਨੇ ਕਹਿੰਦੇ ਤੁਹਾਨੂੰ ਗਾਇਕੀ ਦਾ ਸ਼ੌਂਕ ਕਦੋਂ ਪਿਆ ਬਚਪਨ ਤੋਂ ਹੀ ਕੋਈ ਪਹਿਲਾਂ ਗਾਣੇ ਗਾਉਂਦੇ ਨੇ ਇਸੇ ਤੇ ਕੋਈ ਜਿਵੇਂ ਕਿਸੇ ਨੇ ਐਪਰੀਸ਼ੀਏਟ ਕੀਤਾ ਤੇ ਉਦੋਂ ਤੋਂ ਹੀ ਗਾਉਣਾ ਸ਼ੁਰੂ ਕੀਤਾ ਜਿਹੜੀ ਇੱਕ ਪਿੱਛੇ ਜੇ ਵੀਡੀਓ ਵਾਇਰਲ ਹੋਈ ਸੀ ਉਹ ਵੀ ਮੇਰੇ ਮਾਮਾ ਜੀ ਦੇ ਨਾਲ ਸੀ ਉਹਨਾਂ ਨੇ ਹੁਣ ਡੈਥ ਹੋ ਗਈ ਤੇ ਉਹ ਕੀ ਸਬੱਬ ਬਣਿਆ ਸੀ ਉਹ ਵੀਡੀਓ ਦਾ ਉਹ ਗਰਾਊਂਡ ਫੁੱਟਬਾਲ ਖੇਡਣ ਗਏ ਸੀ ਤੇ ਉਦੋਂ ਉਹ ਉੱਥੇ ਹੀ ਤੇ ਉਹ ਕਹਿੰਦੇ ਸੀ ਗਾਣਾ ਸ਼ੂਟ ਕਰਨਾ ਹਾਂਜੀ ਉਦੋਂ ਕੀਤੀ ਸੀ ਉਹ ਵੀਡੀਓ ਬਣਾਈ ਉਹ ਗਾਣਾ ਕਿਹੜਾ ਸੀ ਉਹ ਮੈਂ ਤੁਹਾਨੂੰ ਸੁਣਾਉਣਾ ਵਾਂ ਉਹ ਦੱਸਾਂ ਕਿ ਮੈਂ ਯਾਰੋ ਮੇਰੇ ਨਾਲ ਗੱਡਿਆ ਇੱਕ ਸੋਹਣੀ ਜੀ ਕੁੜੀ ਨੇ ਮੇਰੇ ਵੱਲ ਤੱਕਿਆ ਮੈਂ ਉਹਦੇ ਵੱਲ ਵੇਖ ਥੋੜਾ ਹੱਸ ਕੀ ਪਿਆ ਗੱਲ ਉਦਣ ਦੀ ਉਹਨੇ ਫਲਾਈ ਹੋਈ ਆ ਉਹ ਕੁੜੀ ਬਾਣੀਆਂ ਦੀ ਪਿੱਛੇ ਪੈ ਗਈ ਜੱਟ ਦੇ ਕਹਿੰਦੀ ਪਟਣਾ ਏ ਜੱਟ ਰੱਟ ਲਾਈ ਹੋਈ ਆ ਕੁੜੀ ਪਣਤਾਂ ਦੀ ਪਿੱਛੇ ਪੈ ਗਈ ਜੱਟ ਦੇ ਕਹਿੰਦੀ ਪਟਣਾ ਏ ਜੱਟ ਰੱਟ ਲਾਈ ਹੋਈ ਆ ਕਹਿੰਦੀ ਦਿਲ ਮੇਰਾ ਥੋਡੇ ਕੋ ਪਿਆਰ ਮੰਗਦਾ ਮੈਂ ਕਹਿਤਾ ਤੇਰੇ ਜਈਆਂ ਦੇ ਤਾਂ ਮੈਂ ਕੋਲੇ ਨੀ ਖੰਘਦਾ ਐਵੇਂ ਸਮਝੀ ਨਾ ਫੈਣ ਤੇਰੇ ਗੋਰੇ ਰੰਗ ਦਾ ਗੱਲਾਂ ਖਰੀਆਂ ਮੈਂ ਆਖ ਕੇ ਸੁਣਾਤੀਆਂ ਸਾਰੀ ਤੋੜਤੀ ਉਮੀਦ ਜਿਹੜੀ ਲਾਈ ਹੋਈ ਆ ਉਹ ਕੁੜੀ ਬਾਣੀਆਂ ਦੀ ਪਿੱਛੇ ਪੈ ਗਈ ਜੱਟ ਦੇ ਕਹਿੰਦੀ ਪਟਣਾ ਏ ਜੱਟ ਰੱਟ ਲਾਈ ਹੋਈ ਆ ਕੁੜੀ ਪਣਤਾਂ ਦੀ ਪਿੱਛੇ ਪੈ ਗਈ ਜੱਟ ਦੇ ਕਹਿੰਦੀ ਪਟਣਾ ਏ ਜੱਟ ਰੱਟ ਲਾਈ ਹੋਈ ਆ ਸੁੱਖ ਸੱਚੀ ਰੈਟ ਲੱਗੀ ਹੈ ਪਿੱਛੇ ਕਿ ਨਹੀਂ ਇਹ ਗਾਣੇ ਹੀ ਗਾਣੇ ਹੀ ਅਜੇ ਤਾਈ ਦੇ ਅੱਛਾ ਅਜੇ ਮਤਲਬ ਹੋਇਆ ਨੀ ਕੁਝ ਇੱਦਾਂ ਅਜੇ ਮਤਲਬ ਹੈ ਵੀ ਪਲੱਸ ਵਨ ਜਾਣਾ ਪਰ ਅੱਜ ਕੱਲ੍ਹ ਤੇ ਜਿੱਦਾਂ ਦਾ ਮਾਹੌਲ ਚੱਲਦਾ ਮੈਂ ਨਾ ਪਲੱਸ ਵਨ 10th 9th ਵਾਲੇ ਵੀ ਸਾਰੇ ਇਸ ਤੋਂ ਅੱਗੇ ਨੰਗੇ ਫਿਰਦੇ ਹਾਂਜੀ ਇਹ ਤੁਹਾਡੀ ਤਾਂ ਤੁਸੀਂ ਪਿੱਛੇ ਕਿਵੇਂ ਰਹਿ ਗਏ ਸਮੇਂ ਦੇ ਨਾਲ ਚੱਲਣਾ ਪੈਂਦਾ ਪਰ ਆਪਾਂ ਸਮੇਂ ਤੋਂ ਥੋੜਾ ਪਿੱਛੇ ਰਹਿ ਗਏ ਚਲੋ ਚਲੋ ਮਤਲਬ ਇਹ ਕਿੱਦਾਂ ਦਾ ਹੋਇਆ ਕਿ ਯਾਰ ਬੰਦਾ ਇੰਨੀ ਖੂਬਸੂਰਤ ਆਵਾਜ਼ ਇੰਨਾ ਸੋਹਣਾ ਬੰਦਾ ਹੋਵੇ ਤੇ ਫਿਰ ਵੀ ਪਿੱਛੇ ਰਹਿ ਗਿਆ ਉਹ ਗਾਣਿਆਂ ਜੀ ਇਹ ਚੀਜ਼ਾਂ ਸੀਮਤ ਲੱਗਦੀਆਂ ਨਾ ਹਾਂਜੀ ਵੈਸੇ ਘਰ ਦੇ ਵਿੱਚ ਕੌਣ ਜ਼ਿਆਦਾ ਸਪੋਰਟ ਕਰਦਾ ਮਤਲਬ ਕਿ ਗਾਣੇ ਦੇ ਤਾਂ ਸਾਰੇ ਚਾਚਾ ਤਾਇਆ ਜੀ ਹੁਣੇ ਵੀ ਐਪਰੀਸ਼ੀਏਟ ਕਰਦੇ ਆ ਪਰ ਅੱਗੇ ਕਦੀ ਆਇਆ ਨਹੀਂ ਗਿਆ ਮਤਲਬ ਕਿ ਕੋਈ ਜਿਵੇਂ ਕਿ ਇੰਸਟਾਗ੍ਰਾਮ 'ਤੇ ਵੀ ਨਹੀਂ ਬੰਦਾ ਮਸ਼ਹੂਰ ਹੋਇਆ ਰੀਲਸ ਵੀ ਨਹੀਂ ਪਈਆਂ ਸ਼ਾਰਟਸ ਵੀ ਨਹੀਂ ਪਏ ਫਿਰ ਹੀ ਹੁਣ ਬੈਕ ਟੂ ਬੈਕ ਵੀਡੀਓ ਚੱਲਦੀਆਂ ਰਹਿਣ ਫਿਰ ਹੀ ਬੰਦਾ ਗਾਂ ਆਉਂਦਾ ਵੈਸੇ ਫੈਮਿਲੀ 'ਚ ਕੌਣ ਆ ਮੰਮਾ ਦੇ ਦੀਦੀ ਸਿਸਟਰ ਬਾਹਰ ਗਏ ਆ ਅੱਛਾ ਹਾਂਜੀ ਫਾਦਰ ਸਾਹਿਬ ਉਹਨਾਂ ਦੀ ਕਾਫੀ ਟਾਈਮ ਦੀ ਡੈਥ ਹੋ ਗਈ ਅੱਛਾ ਤੇ ਫਿਰ ਘਰ ਦਾ ਕਿਵੇਂ ਚੱਲਦਾ ਸਰਕਲ ਮਤਲਬ ਕਿ ਮੱਝਾਂ ਮੁੱਝਾਂ ਰੱਖੀ ਦੀਆਂ ਹਾਂਜੀ ਫਿਰ ਕੌਣ ਕਰਦਾ ਉਹਨਾਂ ਨੂੰ ਪੱਠੇ ਪੁੱਠੇ ਕੌਣ ਲੈ ਕੇ ਪਾਉਂਦਾ ਉਹ ਹਾਂਜੀ ਮਤਲਬ ਕੰਮ ਵਾਲਾ ਵੀਰ ਉਹ ਪੱਠੇ ਲਿਆਉਂਦਾ ਪਾ ਲਈ ਦੇ ਆਪੇ ਹਾਂਜੀ ਇਹਦਾ ਐਡਾ ਸੋਹਣਾ ਮੁੰਡਾ ਪੱਠੇ ਪਾਉਂਦਾ ਹੋਊਗਾ ਉਹ ਚਲੋ ਕੋਈ ਨਾ ਦੇਣਾ ਹੋਊਗਾ ਚੰਗਾ ਕੋਈ ਨਹੀਂ ਮਿਹਨਤ ਕਰਨਾ ਤੇ ਮਿਹਨਤ ਕਰਨਾ ਕੋਈ ਨਾ ਕੋਈ ਤੇ ਮਿਲੂਗੇ ਹਾਂਜੀ ਤੇ ਜਦੋਂ ਹੁਣ ਸਕੂਲਾਂ ਵਿੱਚ ਜਾਂਦੇ ਫਿਰ ਉੱਥੇ ਕੰਪੀਟੀਸ਼ਨ ਹੁੰਦੇ ਹੋਣਗੇ ਉੱਥੇ ਵੀ ਲੈਂਦੇ ਹੋਗੇ ਆਪਾਂ ਹਾਂਜੀ ਹਰ ਕ੍ਰਿਸ਼ਨ ਇੱਕ ਦੋ ਵਾਰੀ ਜਿਹੜਾ ਮੈਂ ਪਹਿਲਾਂ ਸਕੂਲ ਪੜ੍ਹਦਾ ਹੁੰਦੇ ਉੱਥੇ ਇੱਕ ਦੋ ਵਾਰੀ ਪਾਰਟਿਸਪੇਟ ਕੀਤਾ ਸੀ ਹਾਂਜੀ ਵੈਸੇ ਸ਼ੌਂਕ ਕੀ ਹੈ ਸ਼ੌਂਕ ਮਤਲਬ ਕਿ ਗਾਇਕੀ ਦਾ ਸ਼ੌਂਕ ਆ ਅਤੇ ਬਸ ਫੁੱਟਬਾਲ ਦਾ ਸ਼ੌਂਕ ਅੱਛਾ ਹਾਂਜੀ ਅਤੇ ਗਾਇਕੀ ਦੇ ਵਿੱਚ ਸਿੱਖਦੇ ਵੀ ਕਿਤੋਂ ਜਾਂ ਨਹੀਂ ਨਹੀਂ ਅਜੇ ਤੱਕ ਨਹੀਂ ਅਜੇ ਮਤਲਬ ਆਪ ਇੱਦਾਂ ਹੀ ਹਾਂਜੀ ਤੇ ਤੁਹਾਨੂੰ ਕਿੱਦਾਂ ਪਤਾ ਲੱਗਿਆ ਯਾਰ ਮੇਰੀ ਆਵਾਜ਼ ਇੰਨੀ ਖੂਬਸੂਰਤ ਆ ਤੇ ਮੈਂ ਗਾ ਸਕਦਾ ਮਤਲਬ ਕਿ ਪਹਿਲਾਂ ਜਦੋਂ ਗਾਣੇ ਬੋਲੀ ਦਾ ਹਰ ਕੋਈ ਬੰਦਾ ਗਾਣੇ ਬੋਲਦਾ ਵਾ ਤੇ ਕੋਈ ਜਿਵੇਂ ਕਵੇ ਵੀ ਵਧੀਆ ਆਵਾਜ਼ ਲੱਗਦੀ ਆ ਤੇ ਉਦਾਂ ਫਿਰ ਹੌਸਲਾ ਥੋੜ੍ਹਾ ਬਹੁਤ ਸਭ ਤੋਂ ਪਹਿਲਾਂ ਗਾਣਾ ਕਿੱਥੇ ਗਾਇਆ ਵੈਸੇ ਮਤਲਬ ਕਿ ਇੱਦਾਂ ਪਹਿਲਾਂ ਇੱਦਾਂ ਹੀ ਗਾਉਂਦੇ ਹੁੰਦੇ ਹਾਂ ਜਿਵੇਂ ਆਪਾਂ ਆਮ ਗਾਣੇ ਬੋਲਦੇ ਰਹਿੰਦੇ ਹਾਂ ਤੇ ਕੋਈ ਜਿਵੇਂ ਕਹਿੰਦਾ ਵਧੀਆ ਆਵਾਜ਼ ਹਾਂਜੀ ਰੂਮ ਸਿੰਗਰ ਦਾ ਕਹਿ ਸਕਦੇ ਅੱਛਾ ਫਿਰ ਅੱਗੇ ਹੌਲੀ ਹੌਲੀ ਜਿਵੇਂ ਕੋਈ ਕਹਿੰਦਾ ਆਵਾਜ਼ ਵਧੀਆ ਵਾ ਮਤਲਬ ਕਿ ਵੀਡੀਓ ਵੀ ਇੱਕ ਦੋ ਜਿਹੜੀਆਂ ਮਤਲਬ ਕਿ ਬਣਾਈਆਂ ਤੇ ਉਹ ਹਿੱਟ ਹੋਈਆਂ ਜਿਵੇਂ ਮੁੜ ਕੇ ਪਰ ਨਹੀਂ ਬਣੀਆਂ ਇੱਦਾਂ ਕਰਕੇ ਹਾਂਜੀ ਮਤਲਬ ਕਾਰਨ ਕੀ ਰਹਿ ਗਿਆ ਉਹਨਾਂ ਵੀਡੀਓ ਦੇ ਵਿੱਚ ਗੈਪ ਆਉਣ ਦਾ ਮਤਲਬ ਕਿ ਜਿਵੇਂ ਕਿ ਸਪੋਰਟ ਨਹੀਂ ਮਿਲੀ ਪਿੱਛੋਂ ਜੇ ਮੰਨ ਲਓ ਵੀਡੀਓ ਬੈਕ ਟੂ ਬੈਕ ਜਾਂਦੀਆਂ ਰਹਿਣ ਫਿਰ ਹੀ ਬੰਦਾ ਮਸ਼ਹੂਰ ਹੁੰਦਾ ਜਿਵੇਂ ਬਣਦੀਆਂ ਰਹਿਣ ਹਿੱਟ ਹੁੰਦੀਆਂ ਰਹਿਣ ਚਲੋ ਹਰ ਕੋਈ ਹਿੱਟ ਵੀ ਨਹੀਂ ਹੁੰਦੀ ਤੇ ਹਰ ਕੋਈ ਫਲੋਪ ਵੀ ਨਹੀਂ ਹੁੰਦੀ ਪਰ ਬਣਦੀਆਂ ਰਹਿਣ ਤੇ ਫਿਰ ਹੀ ਜਾਣਾ ਤੇ ਹੁਣ ਮਤਲਬ ਅੱਗੇ ਕੀ ਸੋਚਿਆ ਫਿਰ ਦੁਬਾਰਾ ਸਿੰਗਿੰਗ ਹੀ ਜਾਣਾ ਹਾਂਜੀ ਸਿੰਗਿੰਗ 'ਚ ਆਉਣਾ ਫਿਰ ਕਿੱਦਾਂ ਦੇ ਗਾਣੇ ਕਰਨੇ ਕਿ ਅੱਜ ਕੱਲ੍ਹ ਫਿਰ ਬੰਦੂਕਾਂ ਵਾਲੇ ਗਾਣੇ ਚੱਲਦੇ ਨਹੀਂ ਬੰਦੂਕਾਂ ਵਾਲੇ ਨਹੀਂ ਮਤਲਬ ਕਿ ਲੋਕ ਤੱਤ ਵੀ ਗਾਵਾਂਗੇ ਫੈਮਿਲੀ ਵਾਲੀਆਂ ਹਰ ਕਿ ਹਰ ਇੱਕ ਤਰ੍ਹਾਂ ਦੇ ਲੋਕ ਤੱਤ ਆਉਂਦਾ ਕੋਈ ਹਾਂਜੀ ਇੱਕ ਆਉਂਦਾ ਕਿੱਦਾਂ ਆਉਂਦਾ ਰਣਜੀਤ ਬਾਵੇ ਦਾ ਚਲੋ ਹੋਏ ਮਾਂ ਮਰੇ ਤਾਂ ਪੇਕੇ ਹੀ ਮੁੱਕਦੇ ਤੇ ਪਿਓ ਮਰੇ ਘਰ ਵੇਲਾ ਓਏ ਛਾਲਾ ਮਰਨ ਨਾ ਵੀਰ ਕਿਸੇ ਦੇ ਤੇ ਉਜੜ ਜਾਂਦਾ ਜੇ ਮੇਲਾ ਤੇ ਪੁੱਤਰ ਜਨਾ ਦੇ ਤੁਰ ਜਾਂਦੇ ਨੇ ਓ ਤੇ ਕਦ ਰੋਂਦੇ ਉਹ ਥੋੜਾ ਸਭ ਰੋਗਾਂ ਤੋਂ
रोगे डाडा बई जिसदा नाम विछोड़ा ते भाई पाइया दे दर्दी होंदे ते भाई पाइया दिया बावां प्यो सिरां दे ताज मुहम्मद ए मावां ठंडियां छावां ते सईयां नाल मैं खेडन गई सी ते सईयां नाल मैं खेडन गई सी ओ हो ते टुट गईयां मेरियां वंगां ओए मां हुंदी तां होर चढ़ाउंदी नी मैं प्यो तो मंगदी संगां नी मैं प्यो तो मंगदी संगां। वाह क्या बात है यार। मतलब फिर गाने किदां दे जदों सुणदे होंदे फिर किदां दा माहौल हुंदा आप नाल गाउण लग जांदे हुंदे? हां जी आप ਅਜਮਲ ਗਾਣੇ ਹੈਡਫੋਨ ਲੱਗਿਆਂ ਦੇ ਬਸ ਨਾਲ ਗਾਉਣਾ ਸਟਾਰਟ ਕਰ ਦੋ। ਹਾਂਜੀ ਤਾਂ ਹੀ ਤੁਹਾਡੀ ਆਵਾਜ਼ ਇੱਦਾਂ ਦੀ। ਹਾਂਜੀ ਵਧੀਆ ਯਾਰ। ਵੈਸੇ ਉਮਰ ਕਿੰਨੀ ਹੋ ਗਈ ਤੇਰੀ? ਉਮਰ 16 ਸਾਲ। ਤੇ ਗਾਉਣਾ ਕਦੋਂ ਸਟਾਰਟ ਕੀਤਾ? ਕਿੰਨੀ ਉਮਰ ਸੀ ਤੋਂ? 12 13 ਦੇ ਲੱਗੀ ਸ਼ਾਇਦ। 12 ਤੇ ਹੁਣ ਕਿੰਨੇ ਚਿਰ ਹੋ ਗਿਆ ਗਾਉਂਦੇ ਨੂੰ? 12 ਤੇ ਹੁਣ ਕਿੰਨੀ ਹੋ ਗਈ ਆ? 16 ਸਾਲ। 4 ਸਾਲ ਹੋ ਗਏ। ਹਾਂਜੀ 4 ਸਾਲ ਦੇ ਵਿੱਚ ਮਿਲਿਆ ਕੁਝ ਇਹੋ ਜਿਹਾ ਕਿ ਹਾਂ ਵੀ ਯਾਰ ਵਧੀਆ ਗਾ ਤੇ ਅੱਗੇ ਆ? ਮਤਲਬ ਕਿ ਤੁਹਾਨੂੰ ਦੱਸਣ ਦਿਆਂ ਐਪਰੀਸ਼ੀਏਟ ਕੀਤਾ ਪਰ ਸਪੋਰਟ ਨਹੀਂ ਮਿਲੀ। ਸਪੋਰਟ ਨਹੀਂ ਮਿਲੀ ਬਾਕੀ ਐਪਰੀਸ਼ੀਏਟ ਹਰ ਕਿਸੇ ਨੇ ਕੀਤਾ ਵੀ ਆਵਾਜ਼ ਵਧੀਆ ਵਾ। ਅੱਛਾ ਫਿਰ ਹੁਣ ਅੱਗੇ ਕੀ ਸੋਚਿਆ? ਅੱਗੇ ਮਤਲਬ ਕਿ 12 ਕਰਕੇ ਕੋਈ ਕੋਰਸ ਕਰਾਂਗੇ ਮਿਊਜ਼ਿਕ ਦਾ ਫਿਰ ਐਲਬਮ ਮਤਲਬ ਕਿ ਕੋਈ ਕੈਸਟ ਕੱਢਾਂਗੇ। ਹਾਂਜੀ ਐਲਬਮ ਕਰਨੀ ਤਾਂ ਬਹੁਤ ਔਖੀ ਆ। ਹਾਂਜੀ ਪੈਸਾ ਬੜਾ ਲੱਗ ਜਾਂਦਾ। ਪੈਸਾ ਤਾਂ ਚਲੋ ਲੱਗਦਾ ਪਰ ਬੰਦੇ ਦੀ ਜ਼ਿੰਦਗੀ ਵੀ ਬਣ ਸਕਦੀ ਜੇ ਚੱਲ ਜੇ ਤੇ। ਪਰ ਕਈ ਹੁੰਦੇ ਨਾ ਪੈਸੇ ਲਾ ਵੀ ਲੈਂਦੇ ਨੇ ਤੇ ਪਰ ਉਹ ਗੱਲ ਨਹੀਂ ਬਣਦੀ। ਹਾਂਜੀ ਉਹ ਤੁਹਾਨੂੰ ਕਹਿੰਦੇ ਆ ਵੀ ਮਤਲਬ ਕਿ ਜੇ ਬੰਦਾ ਚੱਲ ਗਿਆ ਤੇ ਜੇ ਨਹੀਂ ਚੱਲਿਆ ਫਿਰ ਉਹਦੀ ਕਿਸਮਤ ਆ। ਚਲੋ ਵਾਹਿਗੁਰੂ ਮਿਹਰ ਕਰੇ ਜਿਹੜਾ ਤੁਸੀਂ ਗੋਲ ਮਿੱਥਿਆ ਤੁਸੀਂ ਉਸ ਨਿਸ਼ਾਨੇ 'ਤੇ ਪਹੁੰਚੋ ਅਤੇ ਜਿੱਦਾਂ ਦੀ ਤੁਹਾਡੀ ਆਵਾਜ਼ ਆ ਅਤੇ ਵਾਹਿਗੁਰੂ ਇਹਨੂੰ ਚਾਰ ਚੰਨ ਲਾਵੇ ਤਾਂ ਤੁਸੀਂ ਅੱਗੇ ਆਓ ਜਿਵੇਂ ਅੱਜ ਕੱਲ੍ਹ ਦੇ ਨੌਜਵਾਨ ਯੂਥ ਆ ਜਿਹਨੂੰ ਚਾਹਤ ਆ ਲੋਕ ਵਧੀਆ ਸੁਣਦੇ ਨੇ ਅਤੇ ਵਧੀਆ ਗਾਉਣ ਵਾਲੇ ਵੀ ਜੇ ਸੁਣਦੇ ਨੇ ਤਾਂ ਵਧੀਆ ਗਾਉਣ ਵਾਲੇ ਵੀ ਬੈਠੇ ਨੇ ਅਤੇ ਅੱਜ ਦੀ ਇੰਟਰਵਿਊ ਇਸ ਕਰਕੇ ਸੀ ਕਿਉਂਕਿ ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਬੰਦਿਆਂ ਨੂੰ ਅੱਗੇ ਲੈ ਕੇ ਆਓ ਜਿਨ੍ਹਾਂ ਦੇ ਅੰਦਰ ਟੈਲੈਂਟ ਹੈਗਾ ਜਿਨ੍ਹਾਂ ਦੇ ਅੰਦਰ ਆਵਾਜ਼ ਦਾ ਹੁਨਰ ਵਾਹਿਗੁਰੂ ਨੇ ਭਰਿਆ ਪਰ ਉਹ ਅੱਗੇ ਨਹੀਂ ਆ ਸਕਦੇ ਜਿਵੇਂ ਕਿਸੇ ਤੋਂ ਘਰ ਦੀ ਮਜਬੂਰੀ ਲਾ ਲਓ ਕਿਸੇ ਤੋਂ ਪੈਸੇ ਦੀ ਕਮੀ ਲਾ ਲਓ ਜਾਂ ਕੋਈ ਇੱਦਾਂ ਦੀ ਪ੍ਰੋਬਲਮ ਲਾ ਲਓ ਕਿ ਬੰਦਾ ਅੱਗੇ ਨਹੀਂ ਆ ਸਕਦਾ ਅਤੇ ਅਜਿਹਾ ਨੌਜਵਾਨ ਸੀ ਜਿਹਦਾ ਨਾਂ ਸੁੱਖ ਹੈ ਅਤੇ ਪਿੰਡ ਸੈਦਪੁਰ ਦਾ ਰਹਿਣ ਵਾਲਾ ਅਤੇ ਸੈਦਪੁਰ ਮੇਰੇ ਨਾਨਕੇ ਨੇ ਅਤੇ ਮੇਰੇ ਮਾਮਾ ਜੀ ਮੇਰੇ ਨਾਲ ਨੇ ਅਤੇ ਬਾਹਰੋਂ ਆਏ ਨੇ ਅਤੇ ਜਿੱਦਾਂ ਦੇ ਗਾਣੇ ਗਾਏ ਅਤੇ ਸਗੋਂ ਮਾਮੇ ਦਾ ਵੀ ਥੋੜ੍ਹਾ ਜਿਹਾ ਮਤਲਬ ਕੰਮ ਉੱਧਰ ਨੂੰ ਖਿੱਚਿਆ ਜਾਂਦਾ ਨਾ ਉਦਾਸ ਜਿਹਾ ਹੋ ਜਾਂਦਾ ਮਾਮਾ ਸੋਚਾਂ ਜਿਹੀਆਂ ਗਵਾਚ ਜਾਂਦੀਆਂ ਬੰਦੇ ਦੀਆਂ ਅਤੇ ਹੁਣ ਮੈਨੂੰ ਤਾਂ ਆਜ਼ਾਦ ਕੈਮਰਾਮੈਨ ਗੁਰ ਦੇ ਨਾਲ ਗੁਰਜੇ ਸਿੰਘ ਔਲ ਸਤਿ ਸ਼੍ਰੀ ਅਕਾਲ।